ਇਹ ਸਾਨੂੰ ਕੱਲ੍ਹ ਸੁਬਹਾ ਇੱਕ 9-10 ਵਜੇ ਦੇ ਤਕਰੀਬਨ ਕਾਲ ਆਈ ਆ। ਉਹ ਇੱਕ ਭੈਣ ਵਿਚਾਰੀ ਬਹੁਤ ਜ਼ਿਆਦਾ ਰੋ ਰਹੀ ਸੀ, ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਹ ਕਹਿੰਦੀ ਵੀ ਜੇ ਮੈਂ ਪੁਲਿਸ ਨੂੰ ਫੋਨ ਕਰੂੰਗੀ ਤਾਂ ਪੁਲਿਸ ਨੇ ਹੋ ਸਕਦਾ ਮੈਨੂੰ ਆਣ ਕੇ ਇੱਥੋਂ, ਮਤਲਬ ਪੁਲਿਸ ਇਹਨਾਂ ਦੇ ਨਾਲ ਮਿਲੀ ਹੋਈ ਆ ਪਰਿਵਾਰ ਦੇ ਨਾਲ, ਜਿਹੜੀ ਉਹ ਔਰਤ ਜਿਹੜੀ ਰਾਕਟ ਚਲਾ ਰਹੀ ਸੀ, ਜੋ ਵੀ ਉਹ ਦੇ ਵਪਾਰ ਦਾ ਧੰਦਾ ਕਰਵਾ ਰਹੀ ਸੀ, ਉਹਦੇ ਪੁਲਿਸ ਦੇ ਨਾਲ ਕਾਫੀ ਹੱਥ ਰਲੇ ਹੋਏ ਆ। ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਹੜੀ ਅਸੀਂ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ, ਕਿਤੇ ਨਾ ਕਿਤੇ ਲੀਕ ਹੋ ਗਈ, ਜਿਹੜੀ ਉਹ ਔਰਤ ਭੱਜਣ ਦੇ ਵਿੱਚ ਕਾਮਯਾਬ ਹੋਈ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਗੁਰੂਆਂ ਦੀ ਧਰਤੀ ਆ ਅੰਮ੍ਰਿਤਸਰ, ਲੱਖਾਂ ਲੋਕ ਇੱਥੇ ਪਹੁੰਚਦੇ ਨੇ, ਕੀ ਸਮਝਦੇ ਹੋ ਇਸ ਤਰ੍ਹਾਂ ਦੇ ਲੋਕ ਗੁਰੂ ਦੇ ਨਾਮ ਨੂੰ ਜਾਂ ਗੁਰੂ ਦੀ ਧਰਤੀ ਨੂੰ ਬਦਨਾਮ ਨਹੀਂ ਕਰ ਰਹੇ? ਹੈਦਰਾਬਾਦ ਪੁਲਿਸ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ, ਉਸ ਵਿੱਚ ਚਾਰੇ ਦੋਸ਼ੀ ਜਿਹੜੇ ਮਾਰੇ ਗਏ, ਲੋਕਾਂ ਨੇ ਬੜੀ ਸ਼ਲਾਘਾ ਕੀਤੀ। ਕਿਆ ਪੰਜਾਬ ਪੁਲਿਸ ਨੂੰ ਵੀ ਇਸ ਤਰ੍ਹਾਂ ਦੀ ਤਰਜ਼ ਦੀ ਲੋੜ ਹੈ? ਕਿਉਂਕਿ ਅਗਰ ਪੁਲਿਸ ਚਾਹੇ ਤਾਂ ਮੇਰੇ ਖਿਆਲ ਨਾਲ ਕਿਸੇ ਮੰਦਿਰ ਦੇ ਬਾਹਰੋਂ ਕਿ ਗੁਰਦੁਆਰੇ ਦੇ ਬਾਹਰੋਂ ਚੱਪਲ ਵੀ ਚੋਰੀ ਨਹੀਂ ਹੋ ਸਕਦੀ ਜੇ ਅਗਰ ਪੁਲਿਸ ਚਾਹੇ ਤਾਂ। ਕਿਆ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਕਰਨੀ ਚਾਹੀਦੀ? ਉਸ ਲੇਡੀਜ਼ ਦੇ ਘਰ 'ਤੇ ਛਾਪਾ ਮਾਰਿਆ, ਜਿਹੜੀਆਂ 3-4 ਔਰਤਾਂ, ਉਹਦੇ ਵਿੱਚ 2 ਜਿਹੜੀਆਂ ਔਰਤਾਂ ਕਹਿ ਰਹੀਆਂ ਸੀ ਮੈਂ, ਅਸੀਂ ਉਹ ਜਿਹੜੀ ਸੁੱਖ ਨਾਂ ਦੀ ਔਰਤ ਆ ਉਹਦੀਆਂ ਅਸੀਂ ਬੇਟੀਆਂ ਵਾਂ, ਪਰ ਉਹਨਾਂ ਦੇ ਚਿਹਰੇ 'ਤੇ ਕੋਈ ਵੀ ਟੈਨਸ਼ਨ ਨਹੀਂ ਹੈਗੀ ਸੀ। ਪਤਾ ਵਾ ਵੀ ਸਾਡਾ ਨਿੱਤ ਦਾ ਕੰਮ ਆ, ਉੱਥੇ ਰੋਜ਼ ਪੁਲਿਸ ਉਹਨਾਂ ਕੋਲ ਆਉਂਦੀ ਜਾਂਦੀ ਆ। ਕੱਲ੍ਹ ਜਦੋਂ ਅਸੀਂ ਮਤਲਬ ਇਹ ਸਾਰਾ ਰੈਕਟ ਮਤਲਬ ਫੜਾਇਆ ਵਾ, ਉਸੇ ਟਾਈਮ ਹੀ 15-20 ਮਿੰਟ ਬਾਅਦ ਉਸ ਜਿਹੜੀ ਸੁੱਖ ਨਾਮ ਦੀ ਔਰਤ ਆ, ਉਸਨੇ ਉਹ ਲੜਕੀ ਦੀ ਮਾਸੀ ਨੂੰ ਫੋਨ ਕਰਕੇ ਉਹਨੂੰ ਧਮਕੀ ਦਿੱਤੀ ਆ ਕਿ ਤੈਨੂੰ ਪਤਾ ਹੀ ਹੈ ਮੇਰੀ ਪਹੁੰਚ ਕਿੱਥੋਂ ਤੱਕ ਆ, ਪੁਲਿਸ ਮੇਰਾ ਕੁਛ ਨਹੀਂ ਕਰ ਸਕਦੀ, ਮੇਰੇ ਨਾਲ ਤੈਨੂੰ ਪਤਾ ਕਿੰਨੇ ਗੁੰਡੇ ਬਦਮਾਸ਼ ਆ, ਮੈਂ ਤੁਹਾਡੇ ਟੱਬਰ ਨੂੰ ਖਤਮ ਕਰਵਾ ਦੇਣਾ, ਇਸ ਚੀਜ਼ ਨੂੰ ਇੱਥੇ ਠੱਪ ਕੀਤਾ ਜਾਵੇ। ਪ੍ਰਿਯੰਕਾ ਰੈਡੀ ਦੇ ਮਰਡਰ ਤੋਂ ਬਾਅਦ ਇੱਕ ਹੋਰ ਖੌਫਨਾਕ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਸੀ, ਜਿਹਦੇ ਵਿੱਚ ਵੇਰਕੇ ਵਿੱਚ ਕੁਝ ਨੌਜਵਾਨਾਂ ਅਤੇ ਮਹਿਲਾ ਵੱਲੋਂ ਇੱਕ ਕਥਿਤ ਲੜਕੀ 'ਤੇ ਕਾਫੀ ਜਿਹੜੀ ਸੀਗੀ ਮਾਰ ਕੁਟਾਈ ਕੀਤੀ ਜਾ ਰਹੀ ਸੀਗੀ, ਔਰ ਕੁਝ ਪਿਸਤੌਲ ਦੇ ਨਾਲ ਉਹ 'ਤੇ ਵਾਰ ਵੀ ਕੀਤੇ ਜਾ ਰਹੇ ਸੀਗੇ। ਉਸੇ ਲੜਕੀ ਨੂੰ ਬਚਾਉਣ ਵਾਸਤੇ ਇੱਕ ਸਮਾਜ ਸੇਵੀ ਸੰਸਥਾ ਰਾਖੇ ਧੀਆਂ ਦੇ ਜਿਹੜੇ ਹੈਗੇ ਨੇ ਉਹ ਸਾਹਮਣੇ ਆਏ, ਔਰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਸ ਜਿਹੜੀ ਮਹਿਲਾ ਸੀਗੀ ਉਹਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹਦੀ ਜ਼ਿੰਦਗੀ ਜਿਹੜੀ ਸੀਗੀ, ਉਹਦੀ ਆਬਰੂ ਜਿਹੜੀ ਸੀਗੀ ਉਹ ਵੀ ਬਚਾਈ ਗਈ। ਸਾਡੇ ਨਾਲ ਰਾਖੇ ਧੀਆਂ ਦੇ ਜਿਹੜੇ ਅਧਿਕਾਰੀ ਨੇ ਮੌਜੂਦ ਨੇ, ਗੱਲ ਕਰ ਲੈਂਦੇ ਹਾਂ। ਭਾਅ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੱਕ ਲੜਕੀ ਦੀ ਜਾਨ ਜਿਹੜੀ ਹੈ ਬਚਾਈ ਹੈ, ਕਿਉਂਕਿ ਉਹਦਾ ਸਰੀਰਕ ਸ਼ੋਸ਼ਣ ਵੀ ਹੋ ਰਿਹਾ ਸੀਗਾ। ਤੁਹਾਡੇ ਸੰਪਰਕ 'ਚ ਉਹ ਲੜਕੀ ਕਿਸ ਤਰ੍ਹਾਂ ਆਈ ਸੀਗੀ? ਸਾਡਾ ਨਾ ਔਨਲਾਈਨ ਨੰਬਰ ਆ ਜੀ, ਮੇਰਾ ਨਾਮ ਮਨਜੀਤ ਸਿੰਘ ਆ, ਰਾਖੇ ਧੀਆਂ ਸੰਸਥਾ ਪੰਜਾਬ ਤੋਂ ਮੈਂ ਜਿਹੜਾ ਪ੍ਰੈਜ਼ੀਡੈਂਟ ਹਾਂ। ਸਾਡਾ ਔਨਲਾਈਨ ਨੰਬਰ ਨੈੱਟ 'ਤੇ ਵਗੈਰਾ 'ਤੇ, ਜਿਹੜਾ ਯੂਟਿਊਬ 'ਤੇ ਫੇਸਬੁੱਕ 'ਤੇ ਚੜਿਆ ਹੋਇਆ ਵਾ, ਅਤੇ ਤਕਰੀਬਨ ਸਾਨੂੰ ਰੋਜ਼ ਕਾਫੀ ਫੋਨ ਕਾਲਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ, ਜਿੱਥੇ ਧੀਆਂ ਭੈਣਾਂ ਪਰੇਸ਼ਾਨ, ਉਹਨਾਂ 'ਤੇ ਅੱਤਿਆਚਾਰ ਹੋ ਰਿਹਾ, ਉਹ ਸਾਡੇ ਨਾਲ ਸੰਪਰਕ ਕਰਦੀਆਂ, ਫਿਰ ਅਸੀਂ ਉਹਨਾਂ ਦੀ ਜਾ ਕੇ ਹੈਲਪ ਕਰਦੇ ਹਾਂ। ਇਹ ਸਾਨੂੰ ਕੱਲ੍ਹ ਸੁਬਹਾ ਇੱਕ 9-10 ਵਜੇ ਦੇ ਤਕਰੀਬਨ ਕਾਲ ਆਈ ਆ। ਉਹ ਇੱਕ ਭੈਣ ਵਿਚਾਰੀ ਬਹੁਤ ਜ਼ਿਆਦਾ ਰੋ ਰਹੀ ਸੀ, ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਹ ਕਹਿੰਦੀ ਵੀ ਜੇ ਮੈਂ ਪੁਲਿਸ ਨੂੰ ਫੋਨ ਕਰੂੰਗੀ ਤਾਂ ਪੁਲਿਸ ਨੇ ਹੋ ਸਕਦਾ ਮੈਨੂੰ ਆਣ ਕੇ ਇੱਥੋਂ, ਮਤਲਬ ਪੁਲਿਸ ਇਹਨਾਂ ਦੇ ਨਾਲ ਮਿਲੀ ਹੋਈ ਆ ਪਰਿਵਾਰ ਦੇ ਨਾਲ, ਜਿਹੜੀ ਉਹ ਔਰਤ ਜਿਹੜੀ ਰਾਕਟ ਚਲਾ ਰਹੀ ਸੀ, ਜੋ ਵੀ ਉਹ ਦੇ ਵਪਾਰ ਦਾ ਧੰਦਾ ਕਰਵਾ ਰਹੀ ਸੀ, ਉਹਦੇ ਪੁਲਿਸ ਦੇ ਨਾਲ ਕਾਫੀ ਹੱਥ ਰਲੇ ਹੋਏ ਆ। ਇਸ ਕਰਕੇ ਉਹਨੇ ਜਿਹੜੀ ਭੈਣ ਨੇ ਪੁਲਿਸ ਨੂੰ ਫੋਨ ਕਰਨ ਦੀ ਬਜਾਏ ਸਾਨੂੰ ਫੋਨ ਕੀਤਾ, ਅਤੇ ਫਿਰ ਅਸੀਂ ਉਹਦੇ ਪਰਿਵਾਰ ਨੂੰ ਲੈ ਕੇ ਅਤੇ ਉੱਥੇ ਜਾ ਕੇ ਉਸ ਜਗ੍ਹਾ 'ਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ, ਮੀਡੀਆ ਨਾਲ ਲੈ ਕੇ ਅਸੀਂ ਉੱਥੇ ਗਏ ਹਾਂ ਅਤੇ ਉਸ ਭੈਣ ਨੂੰ ਜਿਹੜਾ ਛੁਡਾਇਆ, ਰਿਹਾਅ ਕਰਾਇਆ। ਕੱਲ੍ਹ ਪੁਲਿਸ ਪ੍ਰਸ਼ਾਸਨ ਦੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ? ਕਿਉਂਕਿ ਅਗਰ ਪੁਲਿਸ ਪ੍ਰਸ਼ਾਸਨ ਚਾਹੁੰਦੀ ਤਾਂ ਜਿਹੜੇ ਮੇਨ ਦੋਸ਼ੀ ਸੀਗੇ ਉਹ ਵੀ ਗ੍ਰਿਫਤਾਰ ਹੋ ਸਕਦੇ ਸੀਗੇ। ਵੇਖੋ, ਸਾਨੂੰ ਲੱਗਦਾ ਸਾਨੂੰ ਕੱਲ੍ਹ 1.5-2 ਘੰਟੇ ਉੱਥੇ ਪੁਲਿਸ ਟੀਮ ਦੀ ਜਿਹੜੀ ਵੇਟ ਕਰਨੀ ਪਈ ਆ। ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਹੜੀ ਅਸੀਂ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ, ਕਿਸੇ ਨਾ ਕਿਤੇ ਲੀਕ ਹੋ ਗਈ, ਜਿਹੜੀ ਉਹ ਔਰਤ ਭੱਜਣ ਦੇ ਵਿੱਚ ਕਾਮਯਾਬ ਹੋਈ ਆ। ਅਤੇ ਬਾਕੀ ਜੇ ਪੁਲਿਸ ਚਾਹੇ ਤਾਂ ਜਿਹੜੇ ਕੰਮ ਬੰਦ ਹੋ ਸਕਦੇ ਆ। ਦੇਖੋ, ਉਹਨੇ ਇੱਕ ਵੈਬਸਾਈਟ ਬਣਾਈ ਹੋਈ ਆ,
ਤੁਸੀਂ ਗੂਗਲ ਦੇ ਉੱਤੇ ਜਾਓਗੇ, ਸਰਚ ਕਰੋਗੇ, ਉਹਨੇ ਕੋਈ ਮੈਨੂੰ ਵੈਬਸਾਈਟ ਦਾ ਨਾਂ ਨਹੀਂ ਚੇਤਾ, ਉਹਨੇ ਵੈਬਸਾਈਟ ਬਣਾਈ ਹੋਈ, ਉੱਥੇ ਆਪਣੇ ਬਕਾਇਦਾ ਉਹਨਾਂ ਨੇ 6-7 ਨੰਬਰ ਦਿੱਤੇ ਹੋਏ ਆ, ਉੱਥੇ ਰੇਟ ਤੈਅ ਕੀਤੇ ਜਾਂਦੇ, ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਚੈਟਿੰਗ ਕਰ ਸਕਦੇ ਜੋ ਉਹਨਾਂ ਕੋਲ ਕੁੜੀਆਂ ਦੇ ਰੇਟ ਵਗੈਰਾ ਪੁੱਛ ਸਕਦੇ ਹੋ, ਜਿੱਥੇ ਤੁਸੀਂ ਕੁੜੀ ਮੰਗਵਾਉਣੀ ਉੱਥੇ ਕੁੜੀ ਨੂੰ ਪਹੁੰਚਾ ਵੀ ਦਿੰਦੇ ਆ। ਅਤੇ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਗੁਰੂਆਂ ਦੀ ਧਰਤੀ ਆ ਅੰਮ੍ਰਿਤਸਰ, ਲੱਖਾਂ ਲੋਕ ਇੱਥੇ ਪਹੁੰਚਦੇ ਨੇ, ਕੀ ਸਮਝਦੇ ਹੋ ਇਸ ਤਰ੍ਹਾਂ ਦੇ ਲੋਕ ਗੁਰੂ ਦੇ ਨਾਮ ਨੂੰ ਜਾਂ ਗੁਰੂ ਦੀ ਧਰਤੀ ਨੂੰ ਬਦਨਾਮ ਨਹੀਂ ਕਰ ਰਹੇ? ਗੁਰੂਆਂ ਦੀ ਧਰਤੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਹੁਣ ਮੈਂ ਤਾਂ ਇਹੋ ਅਪੀਲ ਕਰੂੰਗਾ ਸਾਰੇ ਪੂਰੇ ਪੰਜਾਬ ਨੂੰ, ਪੂਰੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਕੱਠੇ ਹੋ ਕੇ, ਵੀ ਜਿੱਥੇ ਜਿੱਥੇ ਵੀ ਕਿਸੇ ਵੀ ਜਗ੍ਹਾ 'ਤੇ ਇਹੋ ਜਿਹੇ ਕੋਈ ਰੈਕਟ ਚੱਲ ਰਹੇ ਆ ਅੰਮ੍ਰਿਤਸਰ ਦੇ ਵਿੱਚ, ਉਹ ਤੁਸੀਂ ਮੀਡੀਆ ਨਾਲ ਜਾਂ ਪ੍ਰਸ਼ਾਸਨ ਨਾਲ ਜਾਂ ਸਾਡੀ ਟੀਮ ਨਾਲ ਸੰਪਰਕ ਕਰੋ, ਤਾਂ ਕਿ ਇਹਨਾਂ ਚੀਜ਼ਾਂ ਨੂੰ ਨੱਥ ਪਾਈ ਜਾ ਸਕੇ, ਇਹ ਚੀਜ਼ਾਂ ਦਾ ਜਿਹੜਾ ਮਤਲਬ ਇਹਨਾਂ ਨੂੰ ਰੋਕਿਆ ਜਾ ਸਕੇ। ਪ੍ਰਿਯੰਕਾ ਰੈਡੀ ਦੇ ਮਰਡਰ, ਰੇਪ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ, ਫਿਰ ਹੈਦਰਾਬਾਦ ਪੁਲਿਸ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ, ਉਸ ਵਿੱਚ ਚਾਰੇ ਦੋਸ਼ੀ ਜਿਹੜੇ ਮਾਰੇ ਗਏ, ਲੋਕਾਂ ਨੇ ਬੜੀ ਸ਼ਲਾਘਾ ਕੀਤੀ। ਕਿਆ ਪੰਜਾਬ ਪੁਲਿਸ ਨੂੰ ਵੀ ਇਸ ਤਰ੍ਹਾਂ ਦੀ ਤਰਜ਼ ਦੀ ਲੋੜ ਹੈ? ਕਿਉਂਕਿ ਅਗਰ ਪੁਲਿਸ ਚਾਹੇ ਤਾਂ ਮੇਰੇ ਖਿਆਲ ਨਾਲ ਕਿਸੇ ਮੰਦਰ ਦੇ ਬਾਹਰੋਂ ਕਿ ਗੁਰਦੁਆਰੇ ਦੇ ਬਾਹਰੋਂ ਚੱਪਲ ਵੀ ਚੋਰੀ ਨਹੀਂ ਹੋ ਸਕਦੀ ਜੇ ਅਗਰ ਪੁਲਿਸ ਚਾਹੇ ਤਾਂ। ਕਿਆ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਕਰਨੀ ਚਾਹੀਦੀ ਹੈ? ਦੇਖੋ, ਮੈਂ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ, ਕੱਲ੍ਹ ਜਦੋਂ ਅਸੀਂ ਪੁਲਿਸ ਦੀ ਟੀਮ ਨੂੰ ਨਾਲ ਲੈ ਕੇ ਉਸ ਲੇਡੀਜ਼ ਦੇ ਘਰ 'ਤੇ ਛਾਪਾ ਮਾਰਿਆ, ਜਿਹੜੀਆਂ 3-4 ਔਰਤਾਂ ਉਹਦੇ ਵਿੱਚ, ਦੋ ਜਿਹੜੀਆਂ ਔਰਤਾਂ ਕਹਿ ਰਹੀਆਂ ਸੀ ਮੈਂ ਅਸੀਂ ਉਹ ਜਿਹੜੀ ਸੁੱਖ ਨਾਂ ਦੀ ਔਰਤ ਆ ਉਹਦੀਆਂ ਅਸੀਂ ਬੇਟੀਆਂ ਵਾਂ, ਪਰ ਉਹਨਾਂ ਦੇ ਚਿਹਰੇ 'ਤੇ ਕੋਈ ਵੀ ਟੈਨਸ਼ਨ ਨਹੀਂ ਹੈਗੀ ਸੀ। ਜਦੋਂ ਕਿਤੇ ਪੁਲਿਸ ਰੇਡ ਮਾਰਦੀ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ, ਲੋਕ ਭੱਜਦੇ ਆ, ਉਹਨਾਂ ਦੇ ਚਿਹਰੇ 'ਤੇ ਕੋਈ ਟੈਨਸ਼ਨ ਨਹੀਂ ਹੋਗੀ, ਕਹਿੰਦੇ ਉਹਨਾਂ ਨੂੰ ਪਤਾ ਵਾ ਵੀ ਸਾਡਾ ਨਿੱਤ ਦਾ ਕੰਮ ਆ, ਉੱਥੇ ਰੋਜ਼ ਪੁਲਿਸ ਉਹਨਾਂ ਕੋਲ ਆਉਂਦੀ ਜਾਂਦੀ ਆ, ਪੁਲਿਸ ਦੇ ਚੰਗੇ ਅਧਿਕਾਰੀ ਜਿਹੜੇ ਉੱਥੇ ਉਹਨਾਂ ਕੋਲ ਉੱਠਦੇ ਪੈਂਦੇ ਆਉਂਦੇ ਜਾਂਦੇ, ਉਹਨਾਂ ਕੋਲ ਕੋਈ ਹਫ਼ਤਾ ਲਿਆ ਜਾ ਰਿਹਾ ਜਾਂ ਕੁਛ ਵੀ ਕੁੜੀਆਂ ਸਪਲਾਈ ਕਰਦੇ ਆ ਪੁਲਿਸ ਨੂੰ ਜਾਂ ਕੁਛ ਵੀ ਆਪਾਂ ਕਹਿ ਸਕਦੇ ਹਾਂ, ਸਾਨੂੰ ਜਿਹੜਾ ਦੇਖਣ ਉੱਥੇ ਕੱਲ੍ਹ ਮਿਲਿਆ ਕਿ ਪੁਲਿਸ ਤਾਂ ਉਹਨਾਂ ਦੇ ਨਾਲ ਹੱਥ ਰਲੇ ਹੋਏ ਆ, ਉਹਨਾਂ ਨੂੰ ਪੁਲਿਸ ਦੀ ਕੋਈ ਟੈਨਸ਼ਨ ਨਹੀਂ ਹੈ, ਜੇ ਪੁਲਿਸ ਚਾਹੇ ਤਾਂ ਮਤਲਬ ਆਪਾਂ ਜਿਸ ਤਰ੍ਹਾਂ ਕਹਿ ਦਿੰਦੇ ਹਾਂ ਵੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਉਹ ਲੜਕੀ ਨੇ ਕੱਲ੍ਹ ਇੱਕ ਅੱਪ ਦੱਸਿਆ ਕਿ ਉਹਦੀ ਸ਼ਾਇਦ ਤਸਵੀਰਾਂ ਵੀ ਵਾਇਰਲ ਹੋ ਸਕਦੀਆਂ ਨੇ, ਇਸੇ ਕਰਕੇ ਉਹ ਡਰਦੀ ਸੀਗੀ ਸਾਹਮਣੇ ਆਉਣ ਵਾਸਤੇ, ਤੁਹਾਡੇ ਹੱਥ 'ਚ ਕੁਛ ਇਸ ਤਰ੍ਹਾਂ ਦੀ ਵੀਡੀਓਜ਼ ਆਈਆਂ ਨੇ ਜਾਂ ਕੋਈ ਮਾਰ ਕੁਟਾਈ ਦੀ ਵੀਡੀਓਜ਼ ਆਈਆਂ? ਸਾਡੇ ਹੱਥ ਵਿੱਚ ਮਾਰ ਕੁਟਾਈ ਦੀ 5-6 ਵੀਡੀਓ ਸਾਡੇ ਹੱਥ ਵਿੱਚ ਆਈਆਂ, ਜਿਹੜੀਆਂ ਮਾਰ ਕੁਟਾਈ ਦੀਆਂ ਉਸ ਭੈਣ ਦੀਆਂ, ਉਹਦੇ ਮੂੰਹ ਦੇ ਵਿੱਚ ਪਿਸਤੌਲ ਪਾ ਕੇ ਉਹਨੂੰ ਧਮਕਾਇਆ ਜਾ ਰਿਹਾ, ਉਹਦੇ ਕੋਲ ਗਲਤ ਕੰਮ ਕਰਵਾਇਆ ਜਾ ਰਿਹਾ ਵਾ, ਉਹਦੇ ਸਿਰ ਦੇ ਵਿੱਚ ਪਿਸਤੌਲ ਦੇ ਜਿਹੜੇ ਬਾਟੋ ਮਾਰੇ ਜਾ ਰਹੇ ਆ, ਉਹਨੂੰ ਨਸ਼ੀਲੀਆਂ ਦਵਾਈਆਂ ਖਵਾਈ ਜਾ ਰਹੀਆਂ ਵਾ, ਅਤੇ ਕਾਫੀ ਮਤਲਬ ਹੋਰ ਵੀ ਜਿਹੜੀਆਂ ਅਸਲੀਲ ਵੀਡੀਓ ਉਹਦੀਆਂ ਉਹ ਵੀ ਬਣਾਈਆਂ ਹੋਈਆਂ ਉਹ ਪਰਿਵਾਰ ਨੇ। ਪੁਲਿਸ ਕਿਸ ਤਰ੍ਹਾਂ, ਹੁਣ ਤੁਸੀਂ ਪੁਲਿਸ ਨਾਲ ਕਿਸ ਤਰ੍ਹਾਂ ਤਾਲੁਕਾਤ ਰੱਖੋਗੇ, ਗੱਲਬਾਤ ਕਰੋਗੇ, ਜਾਂ ਕਿਸ ਤਰ੍ਹਾਂ ਉਹਨੂੰ ਵਿਚਾਰੀ ਲੜਕੀ ਨੂੰ ਜਿਹੜਾ ਇਨਸਾਫ ਦਵਾਇਆ ਜਾਏਗਾ? ਦੇਖੋ, ਕੱਲ੍ਹ ਜਿਹੜਾ ਇਹ ਸਾਰਾ ਰੈਕਟ ਜਿਹੜਾ ਚੱਲ ਰਿਹਾ ਸੀ ਇਹਦੇ ਬਾਰੇ ਅਸੀਂ SSP ਸਾਹਿਬ ਨੂੰ ਅਤੇ ਕਮਿਸ਼ਨਰ ਸਾਹਿਬ ਨੂੰ ਦੱਸਿਆ, ਕਿਉਂਕਿ ਜੇ ਅਸੀਂ ਸੋਚਦੇ ਹਾਂ ਜੇ ਅਸੀਂ ਥਾਣੇ ਲੈਵਲ 'ਤੇ ਜਾਂ ਚੌਂਕੀ ਲੈਵਲ 'ਤੇ ਰੱਖਦੇ ਛੋਟੇ ਲੈਵਲ 'ਤੇ ਕੰਮ ਰਹਿੰਦਾ ਤਾਂ ਫਿਰ ਹੋ ਸਕਦਾ ਸੀ ਪੈਸੇ ਲੈ ਦੇ ਕੇ ਇਹਦਾ ਕੋਈ ਨਾ ਕੋਈ ਉੱਥੇ ਜਿਹੜਾ ਦੱਬਿਆ ਜਾਂਦਾ ਇਸ ਚੀਜ਼ ਨੂੰ, ਪਰ ਅਸੀਂ ਇਹ ਜਿਹੜੀ ਗੱਲ ਉੱਚ ਅਧਿਕਾਰੀਆਂ ਤੱਕ ਅਤੇ ਸਾਰੇ ਮੀਡੀਆ ਤੱਕ ਪਹੁੰਚਾ ਦਿੱਤੀ, ਹੁਣ ਸਾਨੂੰ ਲੱਗਦਾ ਵਾ ਕਿ ਇਹ ਰੈਕਟ ਜਿਹੜਾ ਬੰਦ ਹੋ ਜੂਗਾ ਅਤੇ ਉਸ ਬੱਚੀ ਨੂੰ ਇਨਸਾਫ ਜ਼ਰੂਰ ਮਿਲੂਗਾ। ਤੁਸੀਂ ਕਿਸ ਤਰ੍ਹਾਂ ਉਹਦਾ ਰੱਖ ਰਖਾਵ ਕਰੋਗੇ ਲੜਕੀ ਦੀ, ਕਿਉਂਕਿ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਉਹਦੇ ਪਰਿਵਾਰ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ? ਕੱਲ੍ਹ ਜਦੋਂ ਅਸੀਂ ਮਤਲਬ ਸਾਰਾ ਰੈਕਟ ਮਤਲਬ ਫੜਾਇਆ ਵਾ, ਉਸੇ ਟਾਈਮ ਹੀ 15-20 ਮਿੰਟ ਬਾਅਦ ਉਸ ਜਿਹੜੀ ਸੁੱਖ ਨਾਮ ਦੀ ਔਰਤ ਆ ਉਸਨੇ ਉਹ ਲੜਕੀ ਦੀ ਮਾਸੀ ਨੂੰ ਫੋਨ ਕਰਕੇ ਉਹਨੂੰ ਧਮਕੀ ਦਿੱਤੀ ਆ ਕਿ ਤੈਨੂੰ ਪਤਾ ਹੀ ਹੈ ਮੇਰੀ ਪਹੁੰਚ ਕਿੱਥੋਂ ਤੱਕ ਆ, ਪੁਲਿਸ ਮੇਰਾ ਕੁਛ ਨਹੀਂ ਕਰ ਸਕਦੀ, ਮੇਰੇ ਨਾਲ ਤੈਨੂੰ ਪਤਾ ਕਿੰਨੇ ਗੁੰਡੇ ਬਦਮਾਸ਼ ਆ, ਮੈਂ ਤੁਹਾਡੇ ਟੱਬਰ ਨੂੰ ਖਤਮ ਕਰਵਾ ਦੇਣਾ, ਇਸ ਚੀਜ਼ ਨੂੰ ਇੱਥੇ ਠੱਪ ਕੀਤਾ ਜਾਵੇ। ਉਹ ਵੀ ਰਿਕਾਰਡਿੰਗ ਸਾਡੇ ਕੋਲ ਆ, ਉਹ ਮਤਲਬ ਉਹ ਵੀ ਰਿਕਾਰਡਿੰਗ ਸਾਡੇ ਕੋਲ ਆ, ਅਸੀਂ ਉਹ ਪ੍ਰਸ਼ਾਸਨ ਨੂੰ ਇਹ ਵੀ ਦਿਖਾਵਾਂਗੇ ਅਤੇ ਜਿਹੜੀ ਵੀ ਬਣਦੀ ਉਹਦੇ ਕਾਰਵਾਈ ਕਰਵਾਵਾਂਗੇ। ਬਾਕੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਉਹ ਟੱਬਰ ਨੂੰ ਸੇਫ ਕੀਤਾ ਜਾਵੇ, ਉਹਨਾਂ ਦੀ ਸੇਫਟੀ ਵਾਸਤੇ ਕੁਛ ਨਾ ਕੁਛ ਕੀਤਾ ਜਾਵੇ। ਤੁਸੀਂ ਅੱਗੇ ਵਧੋਗੇ ਕੁਛ ਲੜਕੀ ਦੀ ਸੇਫਟੀ ਵਾਸਤੇ? ਹਾਂਜੀ, ਅਸੀਂ ਹਰ ਟਾਈਮ 'ਤੇ ਨਾਲ ਆ, ਅਸੀਂ ਜਿੱਥੇ ਕਿਤੇ ਵੀ ਧੀਆਂ ਭੈਣਾਂ ਨੂੰ ਕਿਤੇ ਅੱਤਿਆਚਾਰ ਹੁੰਦਾ ਅਸੀਂ ਨਾਲ ਖੜ੍ਹਦੇ ਹਾਂ।
ਹੁਣ ਵੀ ਸਵੇਰ ਦੇ ਅਸੀਂ ਉਹਨਾਂ ਦੇ ਫੋਨ ਦੇ ਸੰਪਰਕ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਵੀ ਕਦੇ ਵੀ ਕੋਈ ਪ੍ਰੋਬਲਮ ਹੋ ਗਈ ਤੁਸੀਂ ਸਾਨੂੰ ਦੱਸੋ, ਅਸੀਂ ਐਮਰਜੈਂਸੀ ਉਸੇ ਵੇਲੇ ਪਹੁੰਚਣ ਨੂੰ ਤਿਆਰ ਹਾਂ। ਜਿਹੜੀ ਪੀੜਤ ਲੜਕੀ ਆ ਉਹਦਾ ਕਿਸ ਤਰ੍ਹਾਂ ਦੇ ਹਾਲਾਤ ਨੇ? ਕੋਈ ਸੱਟਾਂ ਵੀ ਕਾਫੀ ਲੱਗੀਆਂ ਉਹਨਾਂ ਨੂੰ? ਉਹਦੇ ਪੂਰੇ ਸਰੀਰ ਦੇ ਉੱਤੇ ਮਤਲਬ ਕਾਫੀ ਨੀਲ ਵਗੈਰਾ ਪਏ ਹੋਏ, ਮਾਰਕਟ ਆਈ ਉਹਦੀ ਬਹੁਤ ਜ਼ਿਆਦਾ ਹੋਈ ਆ, ਸਿਰ ਦੇ ਵਿੱਚ ਰੋਬੜੇ ਪਏ ਹੋਏ ਆ ਅਤੇ ਬਹੁਤ ਜ਼ਿਆਦਾ ਮਤਲਬ ਹਾਲਤ ਉਹਦੀ ਗੰਭੀਰ ਆ ਜੀ। ਇਸ ਰਾਖੇ ਧੀਆਂ ਦੇ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਕਿ ਕੱਲ੍ਹ ਇੱਕ ਮਹਿਲਾ ਜਿਹੜੀ ਸੀਗੀ ਉਹਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀਗਾ, ਜਿਸ ਤੋਂ ਬਾਅਦ ਉਹਨੂੰ ਛੁਡਵਾਇਆ ਗਿਆ। ਹਾਲਾਂਕਿ ਪ੍ਰਿਯੰਕਾ ਰੈਡੀ ਦੇ ਜਿਹੜੇ ਦੋਸ਼ੀ ਸੀਗੇ ਉਹਨੂੰ ਜਦੋਂ ਸਜ਼ਾ ਮਿਲੀ ਸੀਗੀ ਤਾਂ ਪੂਰਾ ਭਾਰਤ ਜਿਹੜਾ ਸੀਗਾ ਖੁਸ਼ੀ ਦੀ ਲਹਿਰ ਦੇ ਵਿੱਚ ਸੀਗਾ, ਔਰ ਉਹ ਚਾਹੁੰਦੇ ਸੀਗੇ ਕਿ ਪੁਲਿਸ ਦਾ ਇਹ ਰੂਪ ਜਿਹੜਾ ਆ ਹਰੇਕ ਵਿਅਕਤੀ ਦੇ ਵਿੱਚ ਵੇਖਣ ਨੂੰ ਮਿਲੇ ਔਰ ਹਰ ਇੱਕ ਪੁਲਿਸ ਕਰਮਚਾਰੀ ਦੇ ਵਿੱਚ ਉਹ ਵੇਖਣ ਨੂੰ ਮਿਲੇ, ਜਿਸ ਕਰਕੇ ਉਹ ਆਪਣੇ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਸਿਕਿਓਰ ਵੀ ਫੀਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ। ਲੇਕਿਨ ਦੂਸਰੇ ਪਾਸੇ ਅਗਰ ਦੂਜੇ ਪਹਿਲੂ ਦੀ ਗੱਲ ਕੀਤੀ ਤਾਂ ਪੰਜਾਬ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਕਰੀਬ ਇੱਕ ਘੰਟੇ ਤੋਂ ਡੇਢ ਘੰਟੇ ਦੇ ਵਿੱਚ ਉਹ ਪੁਲਿਸ ਦੀ ਵੇਟ ਕੀਤੀ ਜਾਂਦੀ ਹੈ ਇੱਕ ਸਮਾਜ ਸੇਵੀ ਸੰਸਥਾ ਵੱਲੋਂ, ਲੇਕਿਨ ਪੁਲਿਸ ਨਹੀਂ ਪਹੁੰਚ ਪਾਉਂਦੀ, ਜਿਹਦੇ ਕਰਕੇ ਜਿਹੜੇ ਮੇਨ ਦੋਸ਼ੀ ਨੇ ਉੱਥੋਂ ਭੱਜਣ ਵਿੱਚ ਕਾਮਯਾਬ ਰਹਿ ਜਾਂਦੇ ਨੇ ਔਰ ਸਵੇਰੇ ਔਰ ਸ਼ਾਮ ਉਹਨਾਂ ਨੂੰ ਫਿਰ ਫੋਨ ਕਰਕੇ ਧਮਕੀਆਂ ਲਗਾਈਆਂ ਜਾਂਦੀਆਂ ਨੇ ਕਿ ਅਗਰ ਉਹ ਕਿਸੇ ਵੀ ਤਰ੍ਹਾਂ ਦੀ ਉਹਨਾਂ 'ਤੇ ਕਾਰਵਾਈ ਕਰਨਗੇ ਤਾਂ ਉਹਨਾਂ ਦੇ ਪਰਿਵਾਰ ਨੂੰ, ਜਿਹੜੀ ਲੜਕੀ ਹੈ ਪੀੜਤ ਲੜਕੀ ਹੈ ਉਹਦੇ ਪਰਿਵਾਰ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਸਕਦੀ ਹੈ। ਇਸ ਕਰਕੇ ਪੁਲਿਸ ਪ੍ਰਸ਼ਾਸਨ ਇੱਕ ਵਾਰ ਫਿਰ ਤੋਂ ਜਿਹੜਾ ਆ ਉਹ ਸਵਾਲਾਂ ਦੇ ਘੇਰੇ 'ਤੇ ਆ। ਦੂਸਰੇ ਪਾਸੇ ਸਮਾਜ ਸੇਵੀ ਸੰਸਥਾਵਾਂ ਨੇ ਕਿਹਾ ਆ ਕਿ ਉਹ ਹਰ ਇੱਕ ਸੰਭਵ ਮਦਦ ਕਰਨਗੇ ਔਰ ਉਸ ਮਹਿਲਾ ਜਿਹੜੀ ਹੈ ਉਹਨੂੰ ਹਰ ਇੱਕ ਜਸਟਿਸ ਦਿਵਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਵੇਗੀ। ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ। ਜਸਮੇਲ ਕੌਰ ਮੇਰਾ ਨਾਂ ਆ ਜੀ, ਅਤੇ ਪਿੰਡ ਗੁਲਾਬੇ ਵਾਲੇ ਤੋਂ ਆਏ ਹਾਂ, ਜ਼ਿਲ੍ਹਾ ਮੁਕਤਸਰ ਹੈ। ਅਤੇ ਪਹਿਲਾਂ ਸਾਲ ਹੋ ਗਿਆ ਕੈਂਸਰ ਹੋਏ ਨੂੰ, ਸੱਤ ਹੀ ਗਲ ਗਈ ਸੀ ਅਤੇ ਮੁਕਤਸਰ ਦਵਾਈ ਲਈ ਸੀ ਅਸੀਂ, ਨਹੀਂ ਸਾਨੂੰ ਆਰਾਮ ਆਇਆ। ਅਤੇ ਫਿਰ ਰਿਸ਼ਤੇਦਾਰਾਂ ਸਾਨੂੰ ਦੱਸ ਪਾਈ ਹੈ, ਉਹ ਇੱਥੇ ਸਾਨੂੰ ਲੈ ਕੇ ਆਏ ਹੈ। ਇੱਥੋਂ ਦਵਾਈ ਅਸੀਂ 5-6 ਮਹੀਨੇ ਖਾਧੀ ਹੈ ਅਤੇ ਹੁਣ ਅਸੀਂ ਠੀਕ ਹਾਂ ਬਿਲਕੁਲ।